ਆਪਾਂ ਕਿਹੜਾ ਲੈਣਾ ਹੈ ਵੈਸੇ? ਆਪਾਂ ਤਾਂ ਅਮਰੀਕਨ ਬੁਲੀ ਜਾਂ ਪੰਜਾਬ ਚ ਆਪਾਂ ਕਿੱਦਾਂ ਦੇ ਬਰੀਡਸ ਅਵੇਲੇਬਲ ਕਰਾ ਸਕਦੇ ਆ ਜਾਂ ਕਿੱਦਾਂ ਦੀ ਅੱਜਕੱਲ ਡਿਮਾਂਡ ਆ ਮਾਰਕੀਟ ਵਿੱਚ? ਇਹਦਾ ਹੈ ਨਹੀਂ ਸੀਗਾ, ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਤਾਂ ਫਰਕ ਵੇਖਦੇ ਆ। ਤੇ ਕਿੰਨੀ ਇਹਦੀ ਉਮਰ ਕਿੰਨੀ ਕੁ ਹੈ ਤੇ ਇੱਕ ਇਹਦੀ ਕਾਸਟਿੰਗ ਕਿੰਨੇ ਕੁ ਮਹਿੰਗੇ ਹੁੰਦੇ ਨੇ? ਮੈਂ ਸੁਣਦਾ ਵਾਂ ਕਿ ਕਾਫੀ ਕਾਸਟਲੀ ਹੁੰਦੇ ਆ ਡੋਜ਼, ਉਹ ਕਿੱਦਾਂ ਤੁਸੀਂ ਇਹ ਜੱਜ ਕਰਦੇ ਹੋ? ਚੀਜ਼ਾਂ ਫਰੈਂਡਲੀ ਹੁੰਦੇ ਨੇ ਜਾਂ ਫਰੈਂਡਲੀ ਨਹੀਂ ਆ ਤੁਹਾਡੇ ਸਾਹਮਣੇ ਆ ਦੇਖਿਆ ਉਹ ਸਾਰੇ ਹੀ ਮਤਲਬ ਆਪਣੇ ਕੋਲੇ ਅਵੇਲੇਬਲ ਨੇ A to Z, ਕੋਈ ਵੀ ਨਾਮ ਕੋਈ ਬਰੀਡ ਵੀ ਸਮਝ ਲਓ ਜੋ ਜਿਹੋ ਜੇ। ਮੈਂ ਤੁਹਾਨੂੰ ਦੱਸਦਾ ਪਿਛਲੇ ਹਫਤੇ ਆਪਣਾ ਯੂਰੋਪੀਅਨ ਡਾਵਰਮੈਨ ਆਪਾਂ ਗੁਰਦਾਸਪੁਰ ਡਿਲੀਵਰ ਕੀਤਾ, ਪ੍ਰੋਪਰ ਗੱਡੀ ਦੇ ਵਿੱਚ ਹੀ ਜਾਊਗਾ ਡੌਗ, ਉਹ ਤੋਂ ਬਿਨਾਂ ਅੱਜ ਤੱਕ ਅਸੀਂ ਜਾਨਵਰ ਹੀ ਨਹੀਂ ਦਿੱਤਾ। ਉਹ ਵੀ ਦੋਸਤੋ ਬਾਈ ਆ ਗਿਆ, ਪੜ ਕੇ ਵੀ ਆ ਗਿਆ ਹੈ ਟਾਈਮ ਨਾਲ ਹੀ। ਕੀ ਹਾਲ ਹੈ ਬਾਈ, ਠੀਕ ਠਾਕ? ਵਧੀਆ ਵਧੀਆ ਠੀਕ ਹੈ। ਉਹ ਕਿਵੇਂ ਹੈ? ਇੱਧਰ ਤੇ ਆ ਮਾੜਾ ਜਿਹਾ, ਵੇਖ 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 ਕਿੱਡਾ ਚਾਅ ਆ। ਜਾਂ ਕਿੱਥੇ ਚੱਲੇ ਭਲਾ ਅੱਜ? ਆਏ ਹਾਏ ਤੇਰੀ ਫੇਵਰੇਟ ਜਗ੍ਹਾ ਚੱਲੇ ਆ ਆ। ਤੇ ਵੈਸੇ ਤੇ ਬਾਈ ਹਰਪ੍ਰੀਤ ਬਾਈ ਨੇ ਬਹੁਤ ਸਾਰੇ ਵਿਊਵਰਸ ਜਾਣਦੇ ਵੀ ਨੇ, ਪਰ ਅੱਜ ਇੱਕ ਖਾਸ ਚੀਜ਼ ਹੈ। ਵੈਸੇ ਫਰੰਟ ਥੰਬਨੇਲ ਤੁਸੀਂ ਵੇਖ ਲਿਆ ਹੋਣਾ, ਭਾਜੀ ਬਹੁਤ ਜ਼ਿਆਦਾ ਡੌਗਸ ਦੇ ਡੌਗਸ ਲਵਰ ਹੈ, ਪਰ ਅੱਜ ਇੱਕ ਖਾਸ ਵੀ ਬਾਈ ਨਾਲ ਬੈਠਾ ਬੈਠਾ ਉਹ ਗੱਲ ਚੱਲਦੀ ਸੀ ਤੇ ਫਿਰ ਨਾ ਬਾਈ ਨੇ ਮੈਨੂੰ ਮਾੜਾ ਦੱਸਿਆ ਜਾਂ ਮੇਰੇ ਧਿਆਨ ਚ ਆਇਆ ਵੀ ਇੱਕ ਬਾਈ ਆ ਆਪਣਾ ਦੀ ਪੱਪੀ ਪੈਚ ਕਰਕੇ ਹਨਾ, ਤੇ ਉਹ ਬਾਈ ਵੀ ਵਧੀਆ ਵੈਰਾਈਟੀ ਰੱਖਦਾ, ਵਧੀਆ ਨੇ ਉਹਦੇ ਕੋਲ ਕਾਫੀ ਕੁਝ ਹਨਾ। ਤੇ ਫਿਰ ਬਾਈ ਕਹਿੰਦੇ ਵੀ ਕਿਵੇਂ, ਮੈਂ ਕਿਹਾ ਚਲ ਆਪਾਂ ਜਾਂਦੇ ਆ ਜਦੋਂ ਕੋਈ ਜਾ ਕੇ ਆਵਾਂਗੇ, ਨਾਲੇ ਵੇਖਾਂਗੇ ਵੀ ਕਿਵੇਂ ਕਿਵੇਂ ਹੈਗਾ ਕੀ ਸਿਸਟਮ, ਨਾਲੇ ਤੁਹਾਨੂੰ ਵੀ ਦੱਸਾਂਗੇ। ਇਸ ਕਰਕੇ ਉਹ ਚੀਜ਼ਾਂ ਦੇ ਦੂਜਾ ਹੁਣ ਬਾਈ ਦੇ ਆਪਾਂ ਨਾਲ ਲੋਏ ਵੀ ਬਦਲ ਹੀ ਦੇਣੇ ਆ, ਨਾਲ ਹੀ ਕਿਸੇ ਦਿਨ ਹੁਣ ਇਹ ਵੀ ਸੱਪ ਕੱਢ ਹੀ ਦੇਣਾ, ਕਿਉਂਕਿ ਇਹ ਵੈਸੇ ਹੈਗਾ ਤੇ ਬਾਈ ਹੁਣ ਬਸ ਬਹੁਤ ਹੋ ਗਏ ਹਨਾ 18 ਇੰਚ, ਹੁਣ ਆਪਾਂ 20 ਪਾਉਣੇ ਆ। ਠੀਕ ਹੈ ਤੇ ਚਲੋ ਚੱਲੀਏ, ਕਿਉਂਕਿ ਮੈਂ ਉੱਥੋਂ ਚੰਡੀਗੜ੍ਹ ਲੰਘ ਇਹਨਾਂ ਦੇ ਬਾਈ ਵਾਲੀ। ਹਾਂ ਤੇ ਆਪਣੀ ਤੁਸੀਂ ਨਾਲ ਚੱਕ ਲਓ, ਚਲੋ ਮੈਂ ਆਪਣੀ ਗੱਡੀ ਚੱਕ ਲੈਣਾ। ਕੀ ਹੁਣ ਬਾਈ ਤੁਹਾਨੂੰ ਇੱਦਾਂ ਕਰਕੇ ਦੱਸਾਂਗੇ, ਤੇ ਇਸ ਕਰਕੇ ਮੈਂ ਬਾਈ ਨੂੰ ਨਾਲ ਲਿਆ, ਜਸਟ ਇਹ ਪਲਾਨ ਸੀਗਾ। ਤੇ ਮੈਂ ਕਿਹਾ ਚਲੋ ਨਾਲੇ ਕਿਉਂਕਿ ਮੈਨੂੰ ਘੱਟ ਨੌਲੇਜ ਆ, ਬਾਈ ਨੂੰ ਨੌਲੇਜ ਬਥੇਰੀ ਆ, ਤੇ ਫਿਰ ਮੈਂ ਕਿਹਾ ਵੀ ਚਲੋ ਤੁਹਾਨੂੰ ਵੀ ਦੱਸਦੇ ਹਾਂ, ਕਿਉਂਕਿ ਡੌਗਸ ਦਾ ਕਦੀ ਅਸੀਂ ਵਲੌਗ ਹੀ ਨਹੀਂ ਪਾਇਆ। ਤੇ ਇਸ ਕਰਕੇ ਅੱਜ ਚੱਲਿਆਂ ਦੀ ਪੱਪੀ ਪੈਚ ਠੀਕ ਕਰਕੇ। ਬਾਈ ਆਪਣਾ ਬਹੁਤ ਸੁਣਿਆ ਉਹਦੇ ਬਾਰੇ, ਮੈਂ ਵੀ ਬਹੁਤ ਖੁਸ਼ ਹਾਂ ਕਿ ਬਹੁਤ ਵਧੀਆ ਵਰਾਇਟੀਜ਼ ਹੁੰਦੀਆਂ ਆ ਬਾਈ। ਵੈਸੇ ਅਸੀਂ ਨਹਿਰੇ ਚਲੇ ਗਏ, ਕਿਉਂਕਿ ਬਾਈ ਰਹਿੰਦਾ ਖਮਾਣੋ, ਬਾਈ ਨੇ ਜਿਹੜੀ ਲੋਕੇਸ਼ਨ ਭੇਜੀ ਸੀਗੀ ਮੈਂ ਗੱਲ ਹੋਈ ਸੀਗੀ। ਇਹ ਬਾਈ ਇੱਥੇ ਲੱਗਿਆ ਹੋਇਆ ਸੋਲਰ ਪੈਨਲ, ਸਾਰਾ ਸੈਟਅਪ ਇਹ ਬਹੁਤ ਹੀ ਵੱਡਾ ਹੈ, ਨਹਿਰੀ ਲੱਗਿਆ ਹੋਇਆ। ਗਰਮੀਆਂ 'ਚ ਬਹੁਤ ਹੈਲਪ ਕਰਦਾ, ਵੈਸੇ ਸਿਆਲ 'ਚ ਵੀ ਕਰਦਾ ਪਰ ਗਰਮੀਆਂ 'ਚ ਮੇਜਰ ਕਰਦਾ ਕਿਉਂਕਿ ਲੋਡ ਜ਼ਿਆਦਾ ਹੁੰਦਾ। ਤੇ ਅੱਜ ਕੱਲ੍ਹ ਕੋਠਿਆਂ ਤੇ ਮੋਟਰਾਂ ਤੇ ਜਾਂ ਤੁਸੀਂ ਕਿਤੇ ਵੀ ਲਵਾ ਸਕਦੇ ਹੋ ਆਪਣੇ ਸ਼ੋਅਰੂਮਸ ਤੇ, ਵੀ ਤੁਹਾਡੀ ਬੱਤੀ ਦਾ ਏਸੀ ਉਸੀ ਦਾ ਲੋਡ ਚੱਕ ਜਾਂਦਾ, ਮਿਕਸ ਕਰਕੇ ਚੱਲਦਾ ਰਹਿੰਦਾ। ਤੇ ਬਾਈ ਨੂੰ ਮੈਂ ਕਿਹਾ ਤੁਸੀਂ ਅੱਗੇ ਲਾ ਲਓ, ਬਾਈ ਵਾਹਵਾ ਨੱਪੀ ਜਾਂਦਾ ਸਾਰਾ ਉਹਦੀ। ਬਾਈ ਆਪਾਂ ਫਾਈਨਲੀ ਇੱਕ ਜਗ੍ਹਾ ਤੇ ਪਹੁੰਚੇ ਹਾਂ, ਸ਼ਾਇਦ ਬਾਈ ਨੇ ਇੱਥੇ ਰੱਖਤੇ। ਬਾਈ ਅਸੀਂ ਬਾਈ ਦੇ ਫਾਰਮ ਤੇ ਹੀ ਪਹੁੰਚ ਗਏ ਸੀਗੇ, ਬਾਈ ਨੇ ਆਪਣਾ ਫਾਰਮ ਹਾਊਸ ਰੱਖਿਆ ਹੋਇਆ ਤੇ ਵਾਵਾ ਸੋਹਣਾ ਬਣਾਇਆ ਹੋਇਆ। ਵੈਸੇ ਤਾਂ ਬਾਈ ਨੇ ਡੌਗਸ ਵੀ ਪਤਾ ਨਹੀਂ ਬਾਈ ਅੱਜ ਕਿਹੜੇ ਸਾਨੂੰ ਦਿਖਾਊਗਾ। ਵੈਸੇ ਆਪਾਂ ਕਿਹੜਾ ਲੈਣਾ ਹੈ? ਵੈਸੇ ਆਪਾਂ ਅਮਰੀਕਨ ਬੁਲੀ ਅਮਰੀਕਨ ਲੈਣਾ। ਠੀਕ ਹੈ, ਮੈਨੂੰ ਤਾਂ ਵੈਸੇ ਬਾਈ ਡਰ ਹੀ ਲੱਗਦਾ ਡੌਗਸ ਤੋਂ, ਮੈਂ ਤਾਂ ਇੱਧਰੋਂ ਦੀ ਹੋ ਕੇ ਨਿਕਲੂੰਗਾ। ਵੈਸੇ ਕੀ ਹਾਲ ਹੈ ਬਾਈ, ਠੀਕ ਠਾਕ ਹੋ? ਇਹ ਪੈਂਦੇ ਪੁੰਦੇ ਤਾਂ ਨਹੀਂ ਹੈਗੇ? ਕੀ ਹਾਲ ਹੈ, ਠੀਕ ਠਾਕ ਹੈ? ਬਾਈ ਹੈ ਕਾਫੀ, ਤੁਸੀਂ ਬਾਈ ਨੂੰ ਕਾਫੀ ਜ਼ਿਆਦਾ ਵੀਡੀਓਜ਼ 'ਚ ਵੀ ਵੇਖਿਆ ਹੋਣਾ। ਬਾਈ ਮਾੜਾ ਜਿਹਾ ਮਾਈਕ ਲਾ ਲਓ ਤੁਸੀਂ, ਕਿਉਂਕਿ ਤੁਹਾਡੇ ਕੋਲ ਕੁਝ ਸਵਾਲ ਜਵਾਬ ਵੀ ਅਸੀਂ ਨਾਲ ਕਰਨੇ ਆ। ਤੇ ਬਾਈ ਨੂੰ ਤੁਸੀਂ ਕਾਫੀ ਜ਼ਿਆਦਾ ਵੀਡੀਓਜ਼ 'ਚ ਵੀ ਵੇਖਿਆ ਹੋਣਾ, ਕਿਉਂਕਿ ਅਸੀਂ ਕਦੀ ਵਲੌਗ ਨਹੀਂ ਕੀਤਾ ਡੌਗ ਦਾ। ਇਹ ਵੀ ਹੁਣ ਜਸਟ ਬਾਈ ਨੂੰ ਫਿਰ ਅਸੀਂ ਕਿਹਾ ਵੀ ਅਸੀਂ ਵਲੌਗ ਵੀ ਕਰਨਾ ਚਾਹੁੰਦੇ ਹਾਂ, ਬਾਈ ਕਹਿੰਦਾ ਕੋਈ ਗੱਲ ਨਹੀਂ ਵੀ ਮੈਂ ਇਨਫੋਰਮੇਸ਼ਨ ਵੀ ਪ੍ਰੋਪਰ ਦੇ ਦਿੰਦਾ। ਤੇ ਬਾਈ ਪਹਿਲੀ ਤਾਂ ਗੱਲ ਵੈਲਕਮ ਆ ਸਾਡੇ ਚੈਨਲ ਤੇ ਤੁਹਾਡਾ, ਠੀਕ ਹੈ ਵੀ ਕਿਉਂਕਿ ਮੈਂ ਕਦੀ ਕਿਸੇ ਡੌਗਸ ਦਾ ਜਾਂ ਐਨੀਮਲਸ ਦਾ ਵਲੌਗ ਹੀ ਨਹੀਂ ਕੀਤਾ। ਬਾਈ ਨਾਲ ਜਦੋਂ ਮੇਰੀ ਗੱਲ ਹੋਈ ਤੇ ਬਾਈ ਕਹਿੰਦੇ ਵੀ ਕੋਈ ਗੱਲ ਨਹੀਂ ਬਾਈ ਤੁਸੀਂ ਆ ਜਿਓ ਹਨਾ, ਵੀ ਕਿਹੜੀ ਗੱਲ। ਫਿਰ ਮੈਂ ਜਦੋਂ ਆਪਣੇ ਹਰਪ੍ਰੀਤ ਬਾਈ ਨਾਲ ਗੱਲ ਕੀਤੀ, ਕਹਿੰਦੇ ਯਾਰ ਉਹ ਤਾਂ ਕਾਫੀ ਫੇਮਸ ਆ ਵੀ ਲਾਈਕ ਉਹਦੇ ਕੋਲੇ ਕਾਫੀ ਤਰ੍ਹਾਂ ਦੀ ਵਰਾਇਟੀਜ਼ ਜਿਹੜੀਆਂ ਨੇ ਡੌਗਸ ਦੀਆਂ ਬਰੀਡਸ ਜਿਹੜੀਆਂ ਨੇ ਉਹ ਮਿਲਦੀਆਂ ਨੇ। ਤੇ ਫਿਰ ਮੈਂ ਕਿਹਾ ਕਿ ਚੱਲ ਜਾ ਕੇ ਗੱਲ ਕਰਾਂਗੇ, ਤੇ ਇਸ ਕਰਕੇ ਅਸੀਂ ਫਿਰ ਅੱਜ ਇਹਨਾਂ ਕੋਲੇ ਪਹੁੰਚਿਆ ਤੇ ਕੁਛ ਇਨਫੋਰਮੇਸ਼ਨ ਲਵਾਂਗੇ। ਤੇ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਇਸ ਕਿੱਤੇ 'ਚ ਕਿਵੇਂ ਆਏ ਹੋ ਤੇ ਕੀ ਆਪਣੀ ਖਾਸੀਅਤ ਹੈ ਤੇ ਕਦੋਂ ਤੋਂ ਹੈਗੇ ਆ? ਵੀਰੇ ਮੈਨੂੰ 2018 ਦੇ ਵਿੱਚ ਮੈਂ ਸਟਾਰਟਅਪ ਕੀਤਾ ਸੀਗਾ, ਤੇ ਇਹ ਐਜ਼ ਅ ਸ਼ੌਂਕ ਹੀ ਸੀਗਾ ਪਹਿਲਾਂ ਤਾਂ ਵੀ ਹੌਲੀ ਹੌਲੀ ਸ਼ੌਂਕ ਕਾਦ ਕਿੱਤੇ 'ਚ ਬਦਲ ਗਿਆ, ਇਹ ਪਤਾ ਹੀ ਨਹੀਂ ਲੱਗਿਆ ਹਨਾ। ਠੀਕ ਹੈ, ਹਾਂਜੀ ਬਾਕੀ ਕੰਮ ਹਰੇਕ ਸ਼ੌਂਕ ਨਾਲ ਹੁੰਦਾ, ਜਿਵੇਂ ਤੁਹਾਨੂੰ ਟਰੈਵਲਿੰਗ ਦਾ ਜਾਂ ਕੁਛ ਹੈ ਨਾ, ਸਾਨੂੰ ਸ਼ੁਰੂ ਤੋਂ ਹੀ ਐਨੀਮਲਸ ਦਾ ਸੀਗਾ ਹਨਾ। ਠੀਕ ਹੈ, ਠੀਕ ਹੈ। ਤੇ ਇਹ ਫਿਰ ਜਿਹੜਾ ਤੁਸੀਂ ਜਿਹੜਾ ਰੱਖਿਆ ਦੀ ਪੱਪੀ ਪੈਚ ਕਰਕੇ ਤੁਹਾਡਾ ਹਨਾ ਇੰਸਟਾ ਤੇ ਤੁਸੀਂ ਫੇਮਸ ਹੋਏ ਸੀ ਕਰਕੇ, ਇਹ ਨਾਮ ਕਿੱਥੋਂ ਲਾਈਕ ਆਇਆ? ਇਹ ਬਾਈ ਮੈਂ ਤੁਹਾਨੂੰ ਟੂ ਬੀ ਓਨੈਸਟ ਦੱਸਾਂ, ਜਾਂ ਮੈਂ ਕੰਮ ਸ਼ੁਰੂ ਕੀਤਾ ਸੀਗਾ ਨਾ, ਪਹਿਲੇ ਮੇਰੇ 5-4 ਦਿਨ ਦੇ ਵਿੱਚ ਸੀਗੇ, ਮੈਂ ਨੈੱਟ 'ਤੇ ਬਹਿ ਕੇ ਥੋੜ੍ਹਾ ਜਿਹਾ ਯੂਨੀਕ ਨਾਮ ਚਾਹੁੰਦਾ ਸੀਗਾ ਵੀ ਮੈਂ ਆਪਣੇ ਬ੍ਰਾਂਡ ਦਾ ਥੋੜ੍ਹਾ ਯੂਨੀਕ ਕੰਮ ਹੀ ਰੱਖਾਂ ਹਨਾ। ਠੀਕ ਹੈ, ਸੋ ਫਿਰ ਉਦੋਂ ਮੈਂ ਕਰਦਾ ਹੁੰਦਾ ਸੀ ਸਰਚ, ਫਿਰ ਉੱਥੇ ਮੈਂ ਇਹ ਨਾਮ ਚੱਕਿਆ ਸੀ ਦਾ ਪੱਪੀ ਪੈਚ ਕਰਕੇ। ਚਲੋ ਵਧੀਆ, ਕਿਉਂਕਿ ਮੋਸਟਲੀ ਜਦੋਂ ਅਸੀਂ ਵੀ ਤੁਹਾਡਾ ਇੰਸਟਾ ਸਕਰੋਲ ਕੀਤਾ ਤਾਂ ਉੱਤੇ ਬਹੁਤ ਵੱਖਰੀ ਵੱਖਰੀਆਂ ਵਰਾਇਟੀ ਸੀਗੀਆਂ, ਜਿਵੇਂ ਕਿ ਆਪਣੇ ਹਰਪ੍ਰੀਤ ਬਾਈ ਹੈ, ਬਾਈ ਇੱਥੇ ਆ ਜਾਓ ਮੜਾ ਨਾਲ ਹੀ ਆਪਾਂ ਬਾਈ ਨੂੰ ਨਾ। ਤੇ आजा बई नाल ही आजा है बई ने फिर मैं कई चीज़ा दसिया ना क्योंकि मैं हैगा तो मैं भी डॉग लवर हाँ वैसे पर इन्ना नहीं है जिवें बई आ जां तुसीं चलो प्रोफेशनल ही हो गए। हुण जिहड़ी मेजर गल शुरू कर लती है चलो आप तुहाडे डॉग बारे बाद पुछ लांगे पहला मैं कुछ क्वेश्चन ही कर ला बई तो इस करके जी हुण स्पैशल कुछ मेरे व्यूअर्स नूं टिप्स जां तुसीं दसना चाहुंदे हो जी मैं एक गल शुरू करा पहले इन्हां दी गल ही कर लईए भी किहड़े ब्रीड्स ने पंजाब च आपां किदां दे ब्रीड्स अवेलेबल करा सकदे आं जां किदां दी अजकल डिमांड आ मार्केट च। कैन कोर्सो आ ठीक है जी ते ये मेरे भरा ने ये है ना तुसी कह सकते हो okay. भी ये ब्रीड बारे मैं भी पता नहीं सी हुंदा ना okay. ते जो आपां ने लियाउणी सीगी तां वीरे ने ही सारा कुछ आपां नूं ये गाइड करिया सीगा भी पंजाब दे विच है ना इहदा है नहीं सीगा किसी नूं पता नहीं सी हुंदा भी okay. जो आपां ये कैन कोर्सो ले आए सीगे ओके हाँ जी हाँ जी अजकल तो लगदा एक दो ब्रीडर्स हैगे भी ने बट जदों अपने कोल आए ने उदों मन लगदा कोई किसी कोल है नहीं सी है नहीं सी क्योंकि मैं भी देख रहा कि बहुत यूनिक जे ਤੁਹਾਡੇ ਕੋਲੇ ਬਰੀਡਸ ਹੁੰਦੀਆਂ ਸਾਰੀਆਂ ਜਿਹੜੀਆਂ ਇੱਧਰ ਪੰਜਾਬ ਚ ਮੋਸਟਲੀ ਕਿਸੇ ਕੋਲੇ ਵੀ ਨਹੀਂ ਹੁੰਦੀਆਂ ਨਾ ਮੈਨੂੰ ਬਾਕੀ ਪਤਾ ਵੀ ਨਹੀਂ ਬਾਲਾ ਹਨਾ ਮੈਂ ਦੇਖ ਰਿਹਾ ਸੀਗਾ ਬਾਈ ਨੇ ਮੈਨੂੰ ਦੱਸਿਆ ਵੀ ਉਹਦੇ ਕੋਲੇ ਬਾਈ ਕੋਲੇ ਮਿਲਦੀਆਂ ਨੇ ਤੇ ਉਹ ਜਿਹੜਾ ਪਿਛਲੇ ਬੰਨੇ ਵਾਲਾ ਉਹ ਕੀ ਹੈ ਉਹ ਸੇਮ ਬਰੀਡ ਹੀ ਨੇ। ਅੱਛਾ ਜੀ ਹਾਂਜੀ ਉਹ ਵੀ ਕੈਨ ਕੋਰਸ ਹੋਈ ਆ ਉਹ ਬਹੁਤ ਸੋਹਣੀ ਬਰੀਡ ਆ ਉਹ ਜਾਨ ਕਿ ਉਹਨੇ ਬਹੁਤ ਅਵਾਰਡਸ ਜਿੱਤੇ ਹੋਏ ਨੇ ਓਕੇ ਹਾਂਜੀ ਮੋਸਟ ਮੈਨੂੰ ਲੱਗਦਾ ਏਸ਼ੀਆ ਦੀ ਵਿਨਿੰਗ ਗਰਲ ਆ ਉਹ ਓਕੇ ਹਾਂਜੀ ਹਾਂਜੀ ਬਹੁਤ ਕੰਪੀਟੀਸ਼ਨ ਜਿੱਤੇ ਹੋਏ ਨੇ ਉਹਨੇ ਓਕੇ ਠੀਕ ਹੈ। ਹੁਣ ਇੱਕ ਗੱਲ ਇੱਥੇ ਮੇਜਰ ਸਵਾਲ ਇਹ ਆਉਂਦਾ ਵਾ ਕਿ ਇੱਕ ਮੈਂ ਵੇਖਦਾ ਨਾ ਕਿ ਇਹਦੀ ਵੀਡੀਓਜ਼ ਕਿ ਛੋਟੇ ਛੋਟੇ ਜਿਹੇ ਪੱਪੀਜ਼ ਵੀ ਹੁੰਦੇ ਆ ਤੁਸੀਂ ਕਈ ਆਪਣੇ ਫੋਟੋਜ਼ ਵੀ ਸ਼ੇਅਰ ਕੀਤੇ ਹੋ ਕਿ ਸੈਲੀਬ੍ਰਿਟੀਜ਼ ਨੂੰ ਵੀ ਦਿੱਤੇ ਆ ਕੁੜੀਆਂ ਵਾਲੇ ਡੌਗ ਥੋੜੇ ਜਿਹੇ ਹੋਰ ਹੁੰਦੇ ਆ ਹਨਾ ਇਹ ਥੋੜੇ ਮੈਂ ਸਮਝਦਾ ਮੈਂ ਕਿ ਬੰਦਿਆਂ ਵਾਲੇ ਹੋ ਗਏ ਹਨਾ ਜਾਂ ਲਾਈਕ ਇਹ ਚੀਜ਼ ਹੋ ਗਈ ਤੇ ਉਹ ਕਿੱਦਾਂ ਫਰਕ ਵੇਖਦੇ ਆ ਤੇ ਕਿੰਨੀ ਇਹਦੀ ਉਮਰ ਕਿੰਨੀ ਕੁ ਹੈ ਤੇ ਇੱਕ ਇਹਦੀ ਕੋਸਟਿੰਗ ਕਿੰਨੀ ਕਿੰਨੇ ਕੁ ਮਹਿੰਗੇ ਹੁੰਦੇ ਜਿਹੜਾ ਮੈਂ ਸੁਣਦਾ ਵਾਂ ਕਿ ਕਾਫੀ ਕੋਸਟਲੀ ਹੁੰਦੇ ਆ ਡੌਗ ਉਹ ਕਿੱਦਾਂ ਤੁਸੀਂ ਇਹ ਜੱਜ ਕਰਦੇ ਹੋ ਚੀਜ਼ਾਂ। देखो जी इहदी उम्र ज़्यादा नहीं हैगी जे तुहानू देखण लगूगी तुहानू ऐ लगूगा भी 2.5-3 साल का कुत्ता है ना ये हले 11-12 महीने का ही अपना डॉग आ ओके हाँ जी हाँ जी ये तो हले तुसीं कह लो बच्चा है बच्चा अच्छा बच्चा है लाइफ किन्ना चेहरा फिर इहदी ਇਹ ਤਾਂ ਹੀ ਦੇਖੋ ਸਾਹਾਂ ਦੀ ਚੀਜ਼ ਦੀ ਕਦੇ ਲਾਈਫ ਨਹੀਂ ਗਿਣੀ ਦੀ ਹੁੰਦੀ ਜਿਵੇਂ ਕਹਿੰਦੇ ਆਪਾਂ ਹਨਾ ਬਾਕੀ ਜੋ ਇਹਨਾਂ ਦੀ ਹੁੰਦੀ ਐਕਚੁਅਲ 14-15 ਸਾਲ ਤਾਂ ਹੁੰਦੇ ਆ ਹਾਂਜੀ ਤੇ ਜਿੱਦਾਂ ਹੁਣ ਇੱਕ ਗੱਲ ਹੈ ਵੀ ਇਹ ਫਰੈਂਡਲੀ ਹੁੰਦੇ ਨੇ ਜਾਂ ਲਾਈਕ ਫਰੈਂਡਲੀ ਨਹੀਂ ਆ ਤੁਹਾਡੇ ਸਾਹਮਣੇ ਆ ਦੇਖੋ ਹਨਾ ਵੀ ਪ੍ਰੋਪਰ ਫਰੈਂਡਲੀ ਨੇ ਵੀ ਬਹੁਤ ਸੋਹਣੀ ਬਰੀਡ ਆ ਇਹ ਫਾਰਮ ਹਾਊਸ ਬਰੀਡ ਹੀ ਆ ਸਾਰੀ ਅੱਛਾ ਹਾਂਜੀ ਵੀ ਇਹਨੂੰ ਵੀ ਯਾਨੀ ਕਿ ਬਹੁਤ ਚੰਗੀ ਬਰੀਡ ਆ ਇਹ ਤੇ ਜਿਹੜੇ ਉਹ ਛੋਟੇ ਵਾਲੇ ਹੁੰਦੇ ਨੇ ਹਨਾ ਲਾਈਕ ਵੀ ਉਹ ਕੀ ਹੁੰਦੇ ਨੇ ਉਹਨਾਂ ਨੂੰ ਕੀ ਨਾਮ ਰੱਖਿਆ ਡਿਫਰੈਂਟ ਹੁੰਦੇ ਆ ਜਿਵੇਂ ਇੱਕ ਮਾਲਟੀਜ਼ ਹੋ ਗਏ ਟੋਏ ਪੋਮਸ ਹੋ ਗਏ ਸ਼ਿਜ਼ੂ ਹੋ ਗਏ ਹਨਾ ਪੂਡਲਸ ਹੋ ਗਏ ਉਹ ਡਿਫਰੈਂਟ ਕਾਈਂਡ ਆਫ ਜਿਵੇਂ ਵੈਰਾਈਟੀਜ਼ ਆਉਂਦੀਆਂ ਨੇ ਠੀਕ ਹੈ ਉਹ ਸਾਰੇ ਮਤਲਬ ਆਪਣੇ ਕੋਲੇ ਅਵੇਲੇਬਲ ਨੇ A to Z ਕੋਈ ਵੀ ਨਾਮ ਕੋਈ ਬਰੀਡ ਵੀ ਸਮਝ ਲਓ ਜੋ ਜਿਹੋ ਜੇ ਦੇਖੋ ਜੀ ਹੁਣ ਆਪਣੇ ਕੋਲ ਤਾਂ ਮੋਸਟਲੀ ਹਨਾ ਵੀ ਹਰੇਕ ਤਰ੍ਹਾਂ ਦੇ ਆਉਂਦੇ ਆ ਲੋਕ ਹਨਾ ਆਪਣੇ ਕੋਲ ਤਾਂ ਜਿਵੇਂ ਤਾਂ ਆਪਾਂ ਜਿਹੋ ਜੀ ਆਪਣਾ ਇਹ ਹੁੰਦਾ ਵੀ ਆਪਾਂ ਕੁਆਲਿਟੀ ਦੇ ਵਿੱਚ ਡੀਲ ਕਰਦਾ ਮੈਂ ਹਨਾ ਮੈਨੂੰ ਇਹ ਨਹੀਂ ਹੈਗਾ ਵੀ ਮੇਰੇ ਮਹੀਨੇ 'ਚ 10 ਕਤੂਰੇ ਵਿਕਣ ਮੇਰਾ ਸ਼ਾਇਦ ਮਹੀਨੇ 'ਚ ਵਿਕਦੇ ਵੀ 4-5 ਹੀ ਨੇ ਹਨਾ ਬਟ ਵੇਚਣੇ ਵੀ ਵੇਚਣਾ ਨਹੀਂ ਕਹਿ ਸਕਦੇ ਪਰ ਦੰਦੇ ਇਹੋ ਜਿਹੇ ਪਪੀਜ਼ ਆ ਕਿ ਲੋਕ ਆਪਾਂ ਨੂੰ ਨਾਮ ਹੀ ਤਾਂ ਬਣਿਆ ਆਪਣਾ ਤਾਂ ਹੀ ਬਣਿਆ। ਇੱਕ ਗੱਲ ਇੱਥੇ ਹੋਰ ਆ ਮੇਰੇ ਦਿਮਾਗ 'ਚ ਕੁਐਸਚਨ ਫਿਰ ਇਹ ਲੋਕਲ ਬਰੀਡਸ ਤਾਂ ਹੈ ਨਹੀਂ ਠੀਕ ਹੈ ਫਿਰ ਤੁਸੀਂ ਇਹ ਕਿੱਥੋਂ ਲਿਆਉਂਦੇ ਹੋ ਕਿੱਦਾਂ ਪ੍ਰੋਵਾਈਡ ਕਰਦੇ ਹੋ? ਆਹ ਤਾਂ ਸਾਰੇ ਇੰਪੋਰਟਡ ਡੌਗਸ ਨੇ ਜਿੰਨੇ ਵੀ ਆਪਣੇ ਕੋਲ ਹੁੰਦੇ ਆ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਪਿਛਲੇ ਹਫ਼ਤੇ ਆਪਣਾ ਯੂਰੋਪੀਅਨ ਡਾਵੋਮੈਨ ਆਪਾਂ ਗੁਰਦਾਸਪੁਰ ਡਿਲੀਵਰ ਕੀਤਾ ਡਾਕਟਰ ਤਨਵੀਰ ਸਿੱਧੂ ਨੂੰ ਠੀਕ ਹੈ ਜੀ ਤੇ ਉਹ ਯੂਰੋਪੀਅਨ ਡਾਵੋਮੈਨ ਮੈਨੂੰ ਲੱਗਦਾ ਆਪਣੇ ਪੰਜਾਬ ਦੇ ਵਿੱਚ ਕੋਈ ਬਰੀਡਿੰਗ ਨਹੀਂ ਕਰਦਾ ਜੇ ਕਰਦੇ ਵੀ ਹੋਣਗੇ ਇੱਕ ਅੱਧਾ ਕਰਦਾ ਹੋਊਗਾ ਉਹ ਵੀ ਮੇਰੇ ਨਿਗਾਹ 'ਚ ਨਹੀਂ ਹੈਗੇ ਬੰਦੇ ਹਨਾ ਜਿਹੜੇ ਕਰਦੇ ਨੇ ਮੇਰੇ ਭਰਾ ਤੇ ਮੈਂ ਉਹ ਬੈਂਗਲੌਰ ਤੋਂ ਮੰਗਵਾ ਕੇ ਦਿੱਤਾ ਉਹਨਾਂ ਨੂੰ ਐਡੀ ਦੂਰ ਲਿੰਕਸ ਹੈਗੇ ਆ ਤਾਂ ਹਾਂਜੀ ਮੋਸਟਲੀ ਜਿਹੋ ਦਾ ਆਪਣੇ ਭਰਾਵਾਂ ਦਾ ਟੇਸਟ ਹੋਊਗਾ ਆਪਾਂ ਉਹ ਜੀ ਚੀਜ਼ ਤੇ ਹਨਾ ਵੀ ਡੀਲ ਆਊਟ ਕਰਦੇ ਆ ਠੀਕ ਹੈ ਹਾਂਜੀ ਹਾਂਜੀ ਤੇ ਜਿਹੜੀ ਹੁਣ ਗੱਲ ਤੁਸੀਂ ਕਿਹਾ ਵੀ ਐਡੀ ਦੂਰੋਂ ਡੌਗ ਫਿਰ ਇੱਥੇ ਲਿਆਉਣਾ ਡਿਲੀਵਰ ਤੁਸੀਂ ਡਿਲੀਵਰੀ ਆਲ ਓਵਰ ਇੰਡੀਆ ਦਿੰਦੇ ਹੋ ਕਿ ਕਿੱਦਾਂ ਕਰਦੇ ਹੋ? ਗੱਡੀ ਹੋ ਜਾਊਗੀ ਠੀਕ ਹੈ ਵੀ ਕੋਈ ਐ ਨਹੀਂ ਟ੍ਰੇਨ 'ਚ ਜਾਂ ਬੱਸ 'ਚ ਕਦੇ ਵੀ ਨਹੀਂ ਪਪੀ ਜਾਊਗਾ ਪ੍ਰੋਪਰ ਮੈਂ ਜਾਊਂਗਾ ਜਾਂ ਮੇਰੀ ਟੀਮ ਉਹ ਜਾਣਗੇ ਪ੍ਰੋਪਰ ਗੱਡੀ ਦੇ ਵਿੱਚ ਹੀ ਜਾਊਗਾ ਡੌਗ ਉਹ ਤੋਂ ਬਿਨਾਂ ਅੱਜ ਤੱਕ ਅਸੀਂ ਜਾਨਵਰ ਹੀ ਨਹੀਂ ਦਿੱਤਾ ਕਦੇ। ਠੀਕ ਹੈ ਹੁਣ ਮੰਨ ਲਓ ਕੋਈ ਕਿਸੇ ਦੀ ਕੋਈ ਸਪੈਸ਼ਲ ਡਿਮਾਂਡ ਹੈ ਹਨਾ ਵੈਸੇ ਲਾਈਕ ਕੋਈ ਸਪੈਸ਼ਲ ਡੌਗ ਨੇ ਤਾਂ ਕੋਈ ਜੈਸੇ NRI ਭਰਾ ਨੇ ਮੇਰੇ ਲਾਈਕ ਜਿੱਦਾਂ ਤੁਸੀਂ ਬਾਹਰ ਵਾਲੇ ਵੀਰ ਭਰਾ ਹੋ ਸਾਰੇ ਜਾਣੇ ਹਨਾ ਤੇ ਤੁਸੀਂ ਕਈ ਵਾਰੀ ਮੈਨੂੰ ਲਾਈਕ ਗੱਡੀਆਂ ਦੀ ਡਿਮਾਂਡ ਕਰਦੇ ਹੁੰਦੇ ਹੋ ਜਾਂ ਕਿਸੇ ਹੋਰ ਚੀਜ਼ ਦੀ ਇਹ ਮੈਨੂੰ ਪਤਾ ਇਹਦੀ ਡਿਮਾਂਡ ਵੀ ਤੁਸੀਂ ਹੁਣ ਕਰਨੀ ਹੈ ਜ਼ਰੂਰ ਤੇ ਉਹ ਤੁਸੀਂ ਫਿਰ ਉਹਨਾਂ ਲਈ ਕੀ ਕਰਦੇ ਹੋ ਲਾਈਕ ਮੰਨ ਲਓ ਹੁਣ ਕਿਸੇ ਨੇ ਅਜੇ ਮਹੀਨੇ ਨੂੰ ਆਉਣਾ ਇਹ ਤੁਸੀਂ ਕਿੰਨੇ ਕੁ ਚਿਰ ਪਹਿਲਾਂ ਉਹਨਾਂ ਨੂੰ ਦੱਸਣਾ ਪਊਗਾ ਕਿੱਦਾਂ ਇਹਦੀ ਤੁਸੀਂ ਉਹਨਾਂ ਦੀ ਡਿਮਾਂਡ ਆ ਪੂਰੀ ਕਰਦੇ ਹੋ? ਇਹ 99% ਆਪਣੀ ਜਿਹੜੀ ਆਡੀਅੰਸ ਆਈ ਜਿਹੜੀ ਆਪਣੀ ਵੀ ਆਡੀਅੰਸ ਆ ਉਹ NRI ਹੀ ਨੇ ਓਕੇ ਉਹ ਜਿਵੇਂ ਹੁਣ ਵੀਰੇ ਬਹੁਤ ਘਰਾਂ ਦੇ ਵਿੱਚ ਆ ਕੇ ਬਾਈ ਮੈਂ ਸਰਪ੍ਰਾਈਜ਼ ਵੀ ਦਿੰਦਾ ਹੁਣ ਜਿਵੇਂ ਕਈ ਭਰਾ ਮੇਰੇ ਨਾਲ ਅਟੈਚ ਹੋ ਜਾਂਦੇ ਆ ਹਨਾ ਕਿਉਂਕਿ ਆਪਣਾ ਥੋੜਾ ਸੁਭਾਅ ਠੰਡੇ ਸੁਭਾਅ ਦਾ ਹਨਾ ਤਾਂ ਬਹੁਤ ਫੈਮਲੀਜ਼ ਇਹੋ ਜਿਹੀਆਂ ਨੇ ਜਿਹੜੀਆਂ ਮੈਨੂੰ ਬਾਹਰੋਂ ਹੀ ਕਹਿ ਦਿੰਦੀਆਂ ਵੀ ਆਹ ਜਗ੍ਹਾ ਜਾ ਕੇ ਡਿਲੀਵਰ ਕਰਨਾ ਜੇ ਕਰਨਾ ਨਾ ਆਪਾਂ ਸਰਪ੍ਰਾਈਜ਼ ਦੇਣਾ ਸੋ ਮੈਨੂੰ ਲੱਗਦਾ ਵੀ ਕੋਈ ਵਧੀਆ ਢੰਗ ਨਾਲ ਆਪਾਂ ਸਰਪ੍ਰਾਈਜ਼ ਦੇ ਕੇ ਆਈਦੇ ਹਨਾ ਵੀ ਉਹ ਇੱਕ ਤਰ੍ਹਾਂ ਦਾ ਮੈਂ ਸਮਝਦਾ ਮੈਂ ਲੱਕੀ ਹਾਂ ਵੀ ਡਿਫਰੈਂਟ ਕਾਈਂਡ ਆਫ ਰਿਐਕਸ਼ਨਸ ਕੈਪਚਰ ਕਰਦਾ ਮੈਂ ਹਨਾ ਇੱਕ ਫੈਮਿਲੀ ਨੂੰ ਇੱਕ ਨਵਾਂ ਫੈਮਿਲੀ ਮੈਂਬਰ ਦੇ ਕੇ ਆਉਂਦਾ ਮੈਂ ਹਨਾ हाँ जी ये चीज़ है ठीक है। तो ये जी मान लो कोई वीर बाहरों आ रहा ठीक है, उन्हें तो हफ्ता पहला दसता जी कि मैं आ फलानी ब्रीड चाहिए है, तो वो जो मान लो ये फिर तुहाडे कोल करंट अवेलेबल ही रहिंदियां ने? नहीं 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 हफ्ता 10 दिन पहला तो सानू दसना ही पऊगा, दसने मतलब हफ्ता पहला। तो जे हुण मान लो हफ्ता तुहानू दसना पैना, उहदा कोई तुसीं लाइक हुण मैनूं पता वे चीज़ां दी कॉस्ट भी होगी, वो कॉस्ट किहड़े चलो जज करनी कॉस्ट भी किदां वो गल अलग है ना, पर एक पहला इत्थे गल आउंदी आ भी पैसे है ना कि उस तों बिना कुछ नहीं हैगा। तो एक आइडिया दे सकते हो भी किन्नी क फिर तुहानू एडवांस देना पैंदा या किन्ने क पैसे बाद च देने हुंदे आ, सारे पहला लैंदे हो? नहीं 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 वो डील ते डिपेंड करदा भी किन्नी क अमाउंट आ डील दी है ना, भी 15-20 हज़ार रुपया आप एडवांस मंगा ली ठीक है, क्योंकि वीरे थोनू भी पता है काम च रिस्क भी हुंदा सारा कुछ, तो वो चीज़ा असीं पहला ही देख के चलते हैं भी इन्नी क अमाउंट का ही मंगाउणे ही मंगाउणे, चाहे साडा कोई रिश्तेदार भी क्यों ना हो सारे ये चीज़ तो आप कोरे करा रहे हैं भी आपने मंगाउणी मंगाउणी तो बाकी पैसे उत्थे पहुँच के कर सारा कुछ हो जाता ठीक है। तो इन्हों की जिदा लाइक मान लो कोई फीड होगी या कोई एक्सेसरीज होंदियां ने वो भी अवेलेबल होंदे तुहाडे कोल? भाई मैं तुहानूं दसदा हुण जिवें मैं तुहानूं दस्सिया भी अपने 99% NRIs ही ने कस्टमर है ना, तो की होंदा भी जिहड़े आपां ये सारा समान जिवें अगला कह दिंदा है ना भी वीरे मेरे घर है ना भी असीं पहली बार रख रहे हैं जो चीज़ जो जो चीज़ों की लोड़ आ प्लीज़ नाल दे आए ठीक है, फिर उस हिसाब नाल वीरे आपां नाल भी दे आने हाँ वो जो भी उहदे चार्जेस हुंदे आ मैं अपने घरे नहीं रखदा, मैं भी मैं आप कहना भी मैं मेडिकल तो जाके लैके दे के आउणियां ने, जो चीज़ का खर्चा हुंदा आपां अगले नूं दस दीदा भी भाई इन्ना खर्चा आया ठीक है। तो मान लो हुण जे किसी ने तुहाडे कोल इत्थों डॉग मंग लिया मैनूं दिल्ली दे आओ जां मैनूं लाइक गुरदासपुर की गल करदे, उहदी ट्रैवलिंग सारी फिर एक्सट्रा हुंदी कि इंकलूडिड ही रखदे आ? ਵੀਰੇ ਟੂ ਬੀ ਓਨੈਸਟ ਦੱਸਾਂ ਇਹ ਡੀਲ ਤੇ ਡਿਪੈਂਡ ਕਰਦਾ ਹੈ ਨਾ ਵੀ ਕਿਹੋ ਜੀ ਡੀਲ ਆ। ਹੁਣ ਜਿਵੇਂ ਪਹਿਲੀ ਗੱਲ ਵੀ ਹਰੇਕ ਬੰਦੇ ਨੇ ਇਸ ਚੀਜ਼ 'ਚ ਉਹ ਦੇਖਣਾ ਵੀ ਆਪਣੇ ਨਫਾ ਦੇਖਣਾ ਹੁੰਦਾ ਨਾ, ਵੀ ਮੈਂ ਬੇਸਿਕਲੀ ਹੈ ਨਾ ਜੇ ਕੋਈ ਪਿਆਰ ਨਾਲ ਵੀ ਬੁਲਾ ਲੈਂਦਾ ਹੈ ਨਾ, ਪਿਆਰ ਨਾਲ ਤਾਂ ਆਪਣੇ ਪੰਜਾਬੀ ਬਾਈ ਬਹੁਤ ਕੁਝ ਕਰ ਜਾਂਦੇ ਹੈ ਨਾ, ਮੈਂ ਬਾਈ ਪਹਿਲਾਂ ਤਾਂ ਲੈਂਦਾ ਹੁੰਦਾ ਸੀ ਜਦ ਮੈਂ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਸੋਚਦਾ ਹੁੰਦਾ ਸੀ ਹੈ ਨਾ ਵੀ ਕੁਛ ਕਰਨਾ, ਮੈਨੂੰ ਲੱਗਦਾ ਹੁਣ ਤਾਂ 6 ਮਹੀਨਿਆਂ ਤੋਂ 7 ਮਹੀਨਿਆਂ ਤੋਂ ਕਦੇ ਕਿਸੇ ਤੋਂ ਡਿਲੀਵਰੀ ਚਾਰਜ ਵੀ ਨਹੀਂ ਲੱਤਾ ਹੈਗਾ, ਉਹ ਵੀ ਨਹੀਂ ਲੱਤਾ ਹਾਂ ਉਹ ਮੈਨੂੰ ਇੰਨਾ ਪਿਆਰ ਮਿਲ ਰਿਹਾ ਹੈ। ਹਾਂਜੀ ਬਹੁਤ 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 ਵੀਰੇ ਬਹੁਤ ਮੈਨੂੰ ਲੱਗਦਾ ਠੰਡ ਦੇ ਵਿੱਚ ਤਾਂ ਮੇਰੇ ਫੈਮਿਲੀ ਫੰਕਸ਼ਨਸ ਘੱਟ ਹੁੰਨੇ ਆ, ਜਿਹੜੇ ਆਪਣੇ ਜਿਹੜੇ ਭਰਾ ਜੁੜੇ ਨੇ ਇਹਨਾਂ ਦੇ ਫੰਕਸ਼ਨਸ ਦੇ ਵਿੱਚ ਜ਼ਿਆਦਾ ਹੁੰਦੇ। ਹਾਂਜੀ ਤੇ ਕੁਝ ਤੁਹਾਡੇ ਕੋਲ ਫੋਟੋਜ਼ ਹੋ ਸਕਦੀਆਂ ਨੇ ਜਿਹੜੇ ਕੋਈ ਸਪੈਸ਼ਲ ਬਰੀਡਸ ਹੋਣ ਜਿਹੜੀਆਂ ਕਿ ਆਪਾਂ ਇੱਥੇ ਅੱਜ ਅਵੇਲੇਬਲ ਨਹੀਂ ਕਰ ਸਕੇ ਕਿਉਂਕਿ ਗਰਮੀ ਹੈ ਹਨਾ, ਤੁਸੀਂ ਵੀ ਰੈਂਡਮ ਆ ਗਿਆ ਮੈਂ ਤੁਹਾਨੂੰ ਭੇਜਾਂ ਕਿ ਆਪਾਂ ਮਤਲਬ ਤੁਸੀਂ ਮੈਨੂੰ ਲਾਈਕ ਬਾਈ ਵੈਸੇ ਨਾ ਮੈਂ ਇੱਥੇ ਸਕਰੀਨ ਤੇ ਸਾਈਡ ਤੇ ਚਲਾ ਹੀ ਰਿਹਾ ਹਾਂ ਆਲਰੇਡੀ ਤੁਸੀਂ ਦੇਖ ਹੀ ਸਕਦੇ ਹੋ, ਆਪਾਂ ਬਾਈ ਕੋਲ ਲੈ ਕੇ ਇੱਥੇ ਚਲਾ ਦੇਣਾ ਤੁਸੀਂ ਪਾਉਂਗਾ। ਤੇ ਬਾਈ ਆਪਣੇ ਕੋਲ ਫਿਰ ਅੱਜ ਇੱਥੇ ਕਿੰਨੀਆਂ ਕਿ ਬਰੀਡਸ ਇਹ ਦੋ ਹੀ ਨੇ ਆਪਣੇ ਕੋਲ ਪ੍ਰੈਜ਼ੈਂਟ ਜਿਹੜੀਆਂ ਨੇ? ਨਹੀਂ ਨਹੀਂ ਇੱਕ ਆਪਣੇ ਕੋਲ ਰੋਬਿਨ ਉਹ ਵੀ ਬਹੁਤ ਆਪਣਾ ਹਾਂ ਸੇਮ ਹੀ ਆ ਕੈਨ ਕੋਰਸੋ ਹੀ ਆ ਠੀਕ ਹੈ ਜੀ, ਤੇ ਪੁਆਇੰਟਰਸ ਵਗੈਰਾ ਨੇ ਉਹ ਆਪਾਂ ਥੋੜੇ ਅਲੱਗ ਰੱਖੇ ਨੇ ਕਿਉਂਕਿ ਉਹ ਅਗਰੈਸਿਵ ਹੋ ਜਾਂਦੇ ਆ। ਓਕੇ ਹਾਂਜੀ ਹਾਂਜੀ। ਅੱਛਾ ਇਹ ਕੀ ਬਰੀਡ ਆ ਫਿਰ ਇਹ ਕੈਨ ਕੋਰਸੋ ਹੀ ਆ ਵੀਰੇ? ਅੱਛਾ ਸੇਮ ਹੀ ਆ ਸਾਰੇ ਸੇਮ ਹੀ ਬਰੀਡ ਆ ਇਹਨਾਂ ਦੀ? ਹਾਂਜੀ ਠੀਕ ਹੈ ਮਤਲਬ ਭੈਣ ਭਰਾ ਹੀ ਨੇ ਸਾਰੇ? ਨਹੀਂ ਭੈਣ ਭਰਾ ਤਾਂ ਨਹੀਂ ਹੈਗੇ ਸਿਰ ਡਿਫਰੈਂਟ ਲਾਈਨਸ ਨੇ। ਅੱਛਾ ਹਾਂਜੀ ਹਾਂਜੀ ਹਾਂਜੀ। ਤੇ ਬਈ ਜਿਵੇਂ ਕਿ ਹੁਣ ਗੱਲ ਇੱਕ ਇੱਥੇ ਹੋਰ ਆਉਂਦੀ ਹੈ ਵੀ ਚਲੋ ਇਹਦੀ ਗੱਲ ਕਰ ਲਈ ਕੁਝ ਤੁਸੀਂ ਹੋਰ ਦੱਸਦੇ ਵੀ ਆਪਣੇ ਕੋਲੇ ਫਿਰ ਕਿੱਦਾਂ ਦੀਆਂ ਬਰੀਡਸ ਅਵੇਲੇਬਲ ਨੇ? ਤੁਸੀਂ ਬਹੁਤ ਸਾਰੇ ਸੈਲੀਬ੍ਰਿਟੀਜ਼ ਨੂੰ ਵੀ ਡੌਗ ਦਿੱਤੇ ਨੇ ਹਨਾ, ਤੇ ਲਾਈਕ ਇਹ ਬਰੀਡਸ ਜਿਹੜੀਆਂ ਕਿਹੜੀਆਂ ਕਿੱਦਾਂ ਦੀਆਂ ਅਵੇਲੇਬਲ ਨੇ ਤੇ ਇਹ ਕੋਈ ਖਾਸ ਚੀਜ਼ਾਂ ਇਹਨਾਂ 'ਚ ਬਰੀਡਸ 'ਚ ਹੋਵੇ? ਵੀਰੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਥੋੜ੍ਹੀ ਯੂਨੀਕਨੈਸ ਪੰਜਾਬ 'ਚ ਲਿਆਂਦੀ ਜਾਵੇ ਹੈ ਨਾ, ਵੀ ਹੁਣ ਜਦੋਂ ਆਪਣੀ ਕੈਨ ਕੋਰਸੋ ਦੀ ਗੱਲ ਹੋ ਗਈ ਹੈ ਨਾ ਯੂਰੋਪੀਅਨ ਡਾਵਰਮੈਨਸ ਦੀ, ਯੂਰੋਪੀਅਨ ਡਾਵਰਮੈਨ ਦਾ ਮੈਂ ਬਹੁਤ ਵਧੀਆ ਫੈਨ ਹਾਂ ਨਾ, ਅਤੇ ਮੈਨੂੰ ਲੱਗਦਾ ਹੋਰ ਜਿਹੜੀਆਂ ਗ੍ਰੇਡਨਸ ਹੋ ਗਏ ਗ੍ਰੇਡਨ ਦਾ ਟਰੈਂਡ ਵੀ ਆਪਾਂ ਦੁਬਾਰਾ ਲਿਆ ਰਹੇ ਹਾਂ ਨਾ, ਇਹ ਇਹੋ ਜਿਹੀਆਂ ਜਿਹੜੀਆਂ ਬਰੀਡਸ ਆ ਆਪਾਂ ਪ੍ਰਮੋਟ ਅਤੇ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਕਿਉਂਕਿ ਗ੍ਰੇਡਨ ਇੱਕ ਬਹੁਤ ਪੁਰਾਣੀ ਬਰੀਡ ਆ, ਡਾਵਰਮੈਨ ਬਹੁਤ ਪੁਰਾਣੀ ਬਰੀਡ ਆ, तो वो जिन्नियां ब्रीड्स पुरानियां हो गई ने ना उन्होंने उन्नी क्वालिटी भी डाउन चलेगी, उन्होंने फ्रैश अप करने लई आपां सारी ही ब्रीडिंग आउट ऑफ पंजाब नॉर्थ इंडिया तो लिया रहे हैं। अच्छा भी थोड़ा जिहा अपनी ब्रीडिंग दे विच भी फर्क पवे, हुण जिवें कई कस्टमर्स आपां नूं फोन कर दिंदे ने भी भाई आपां नूं आह चाहीदा ये चाहीदा ना, उन्हां नूं आपां लिया के ही उत्थों दे रहे हैं, बहुत उधरों लिया के दे रहे हैं, लोकल लैंदे नहीं तुसीं कोई? तो बई यदा मतलब कि फिर तुहाडे कोले सारियां ब्रीड्स ते वधिया ब्रीड्स ही अवेलेबल ने? हाँ जी हाँ जी हाँ जी वीरे सारियां ही होंदियां अपने कोल अवेलेबल। बेसिकली साडी जिहड़ी कैन कोर्सो दी ब्रीडिंग आ साडा कंसर्न मेन यही आ ना भी कैन कोर्सो दी ब्रीडिंग आपां इन्ने क विश्वास नाल कह सकदे आ कि जो ब्रीड आपां तैयार करी हुई है ना भी मन लगदा इंडिया दे विच आपां सारियां नूं टक्कर दे सकदे भी अपने तो उत्ते कोई है नहीं है ही नहीं। हाँ जी बेसिकली आपां कह सकदे कि कैन कोर्सो दे विच इंडिया की जी बैस्ट ब्रीडिंग है वो पंजाब दे विच अपने कोल हो रही है ठीक है, क्योंकि बैस्ट इन द सेंस आप उदों चैक करते हैं जो एक पैरामीटर होंगे, पैरामीटर होंगे डॉग शोज़ च टाइटल जिहदे ज़्यादा विनिंग होणगे उन्हां नूं आपां सब तो सुपीरियर मान सकते हैं। आ वाली जी फीमेल है 2020 ਦੇ ਵਿੱਚ ਪੂਰੇ ਇੰਡੀਆ ਦੇ ਵਿੱਚੋਂ ਸਭ ਤੋਂ ਵੱਧ ਕੇਨ ਕੋਰਸੋ ਦੇ ਵਿੱਚ ਟਾਈਟਲ ਜਿੱਤਣ ਵਾਲੀ ਫੀਮੇਲ ਹੈ। ਠੀਕ ਹੈ, ਓਕੇ। ਸੋ ਅਗਰ ਕਿਸੇ ਨੂੰ ਕੇਨ ਕੋਰਸੋ ਚਾਹੀਦਾ ਹੈ ਤਾਂ ਆਪਾਂ ਪੂਰੇ ਇੰਡੀਆ ਦੀ ਬੈਸਟ ਕੁਆਲਿਟੀ ਆਪਣੀ ਹੋਮ ਬਰੀਡਿੰਗ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਸਕਦੇ ਹਾਂ। ਠੀਕ ਠੀਕ ਹੈ, ਹਾਂਜੀ ਹਾਂਜੀ। ਇੱਕ ਗੱਲ ਹੋਰ ਦੱਸਿਓ, ਜਿਵੇਂ ਕਿ ਮੈਂ ਬਾਈ ਦੀ ਗੱਲ ਕਰਦਾ ਸੀਗਾ ਕਿ ਅਸੀਂ ਡੌਗਸ ਨੂੰ ਇਦਾਂ ਲਾਈਕ ਸਿਖਾਉਣਾ ਜਾਂ ਕੁਝ ਉਹ ਵੀ ਚੀਜ਼ਾਂ ਆਪਾਂ ਕਰਦੇ ਹਾਂ ਲਾਈਕ ਵੀਰੇ ਮੋਸਟ ਪ੍ਰੋਬੇਬਲੀ ਆਪਣਾ ਸਟਾਰਟਅਪ ਹੈਗਾ ਉਹ ਹਨਾ ਵੀ ਜਿਹੜੇ ਆਪਣੇ ਮੇਨ ਟ੍ਰੇਨਰਸ ਦੀ ਜਿਹੋ ਜੀ ਮੈਂ ਸਿਖਲਾਈ ਚਾਹੁੰਦਾ ਨਾ ਵੀ ਡੌਗਸ ਨੂੰ ਦਿੱਤੀ ਜਾਵੇ ਹਨਾ ਉਹਦੇ ਵਿੱਚ ਮੈਨੂੰ ਆਇਆ ਵੀ ਟ੍ਰੇਨਰ ਪ੍ਰੋਪਰ ਹੋਣ ਹਨਾ ਉਹ ਆਪਣੀ ਗੱਲ ਚੱਲ ਰਹੀ ਆ ਟ੍ਰੇਨਰ ਉਹ ਸ਼ੁਰੂ ਕਰ ਦਾਂਗੇ। ਹਾਂਜੀ ਹਾਂਜੀ, ਮੋਸਟ ਪ੍ਰੋਬੇਬਲੀ ਉਹ ਛੇਤੀ ਉਹ ਸਟਾਰਟਅਪ ਹੈਗਾ ਆਪਣਾ। ਠੀਕ ਹੈ ਬਾਈ, ਜਿਹੜਾ ਆਪਾਂ ਨੂੰ ਹੁਣ ਡੌਗ ਚਾਹੀਦਾ ਕਿਹੜਾ ਚਾਹੀਦਾ? ਅਮਰੀਕਨ ਬੁਲੀ ਆਪਣੇ ਕੋਲ ਮਿਲਦਾ? ਹਾਂਜੀ ਹਾਂਜੀ। ਕਿੰਨੇ ਚਿਰ ਚ ਦੇ ਦਿੰਦੇ ਆ ਹੁਣ ਵੀਰੇ? ਉਹਨਾਂ ਨਾਲ ਆਪਾਂ ਨੇ ਟਾਈਮ ਲੈ ਲਿਆ ਹੁਣ ਇਹਨਾਂ ਤੋਂ ਕਿਉਂਕਿ ਇਹਨਾਂ ਦੀ ਥੋੜੀ ਚੋਇਸ ਵੀ ਡਿਫਰੈਂਟ ਆ ਨਾ, ਕਲਰ ਡਿਫਰੈਂਟ ਆ। ਅੱਛਾ, ਕਲਰ ਚੋਇਸਿਸ ਵੀ ਹੁੰਦੀਆਂ ਨੇ? ਹਾਂਜੀ, ਹੁਣ ਜਿਵੇਂ ਬਾਈ ਨੂੰ ਥੋੜਾ ਜਿਹਾ ਡਿਫਰੈਂਟ ਹੀ ਚਾਹੀਦਾ ਨਾ, ਉਹ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਕੋਲ ਆ ਤੇ ਉਸ ਹਿਸਾਬ ਨਾਲ ਫਿਰ ਇਹਨਾਂ ਤੋਂ ਟਾਈਮ ਮੰਗ ਲਿਆ ਆਪਾਂ ਨੇ ਵੀ ਇਹਨਾਂ ਸਾਡੇ ਆਉਣ ਦਾ ਫਾਇਦਾ ਹੋ ਜਾਊਗਾ। ਠੀਕ ਹੈ, ਨਾ ਨਾ ਕਰ ਦਾਂਗੇ ਫਿਰ ਦਾਂਗੇ। ਠੀਕ ਹੈ, ਇਸ ਕਰਕੇ ਬਾਈ ਉਹ ਅਸੀਂ ਜ਼ਰੂਰ ਪੋਸਟ ਕਰਾਂਗੇ ਜਦੋਂ ਬਾਈ ਕੋਲ ਆਵਾਂਗੇ, ਕਿਉਂਕਿ ਬਾਈ ਕਹਿੰਦਾ ਟਾਈਮ ਚਾਹੀਦਾ, ਖੜੇ ਪੈਰ ਚੀਜ਼ਾਂ ਨਹੀਂ ਅਵੇਲੇਬਲ ਹੁੰਦੀਆਂ, ਉਹ ਤੁਸੀਂ ਵੀ ਟਾਈਮ ਲੈ ਕੇ ਆਇਓ। ਤੇ ਬਾਕੀ ਇਹ ਹੈ ਕਿ ਉਮੀਦ ਆ ਕਿ ਤੁਹਾਨੂੰ ਇਨਫੋਰਮੇਸ਼ਨ ਸਾਰੀ ਮਿਲ ਗਈ ਹੋਣੀ ਹੈ, ਕੋਈ ਚੀਜ਼ ਰਹਿ ਨਹੀਂ ਗਈ ਹੈ ਨਾ। ਤੇ ਕੁਝ ਜ਼ਿਆਦਾ ਇਨਕੁਆਇਰੀਜ਼ ਚਾਹੀਦੀਆਂ ਹੋਣਗੀਆਂ ਤੇ ਬਾਈ ਨੂੰ ਬਾਈ ਦੇ ਇੰਸਟਾਗ੍ਰਾਮ ਤੇ ਜ਼ਰੂਰ ਫੋਲੋ ਕਰ ਲਿਓ, ਮੈਂ ਮੈਂਸ਼ਨ ਕੀਤਾ ਆ ਨੰਬਰ ਚੱਲ ਰਿਹਾ, ਉੱਥੇ WhatsApp ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਜ਼ਿਆਦਾ ਡਿਟੇਲ ਹੈ ਨਾ। ਤੇ ਬਾਕੀ ਕੋਈ ਵਿਜ਼ਿਟ ਕਰਨਾ ਚਾਹਵੇ ਤੇ ਕੋਈ ਹੈ ਮਤਲਬ ਕਿ ਫੋਨ ਤੇ ਸਰ ਜਾਂਦਾ? ਬੇਸਿਕਲੀ ਕੀ ਹੁੰਦਾ ਵੀਰੇ, ਮੈਂ ਬਹੁਤ ਘੱਟ ਹੁੰਦਾ ਨਾ ਇੱਥੇ। ਠੀਕ ਹੈ, ਤੇ ਮੈਂ ਡਿਲੀਵਰੀਜ਼ ਤੇ ਜ਼ਿਆਦਾ ਜਿਵੇਂ ਕਿ ਹਰੇਕ ਬੰਦਾ ਚਾਹੁੰਦਾ ਵੀ ਮੈਂ ਹੀ ਜਾਵਾਂ ਹਨਾ। ਤੇ ਹੁਣ ਕਈ ਵਾਰ ਕੀ ਹੁੰਦਾ, ਪਿਛਲੇ ਹਫਤੇ ਦੀ ਗੱਲ ਆ ਕਿ ਮੈਂ ਡਿਲੀਵਰੀ ਭੇਜਤੀ, ਕੈਨੇਡਾ ਤੋਂ ਬੁਕਿੰਗ ਹੋਈ ਸੀਗੀ ਤੇ ਬਾਈ ਨੇ ਮੈਨੂੰ ਕਹਿਤਾ ਮੈਂ ਪਪੀ ਭੇਜਤਾ ਟੈਕਸੀ ਕਰਵਾ ਕੇ ਆਪਣੀ ਹਨਾ ਜੀ, ਤੇ ਪਪੀ ਡਿਲੀਵਰ ਹੋ ਗਿਆ। ਬਾਈ ਦਾ ਰਾਤ ਨੂੰ ਫੋਨ ਆ ਗਿਆ ਕੰਮ ਤੋਂ ਬਾਅਦ, ਕਹਿੰਦੇ ਗਗਨ ਬਾਈ ਕੱਲ ਨੂੰ ਤੂੰ ਜਾਣਾ ਚਾਹੀਦਾ, ਫਿਰ ਜਾ ਕੇ ਆਇਆ ਮੈਂ ਸਪੈਸ਼ਲ ਜਾ ਕੇ। ਨਹੀਂ ਚਲੋ ਵਧੀਆ ਗੱਲ ਹੈ। ਹਾਂਜੀ, ਤੇ ਇਸ ਕਰਕੇ ਬਾਈ ਇਹ ਪਿਆਰ ਤੁਸੀਂ ਬਾਈ ਨੂੰ ਦਿੰਦੇ ਰਹੋ। ਤੇ ਹੁਣ ਅਸੀਂ ਕੋਈ ਡਿਸਕਸ਼ਨ ਕਰ ਲਈਏ ਤੇ ਫਿਰ ਅਸੀਂ ਬਾਕੀ ਤੁਹਾਨੂੰ ਬਾਅਦ ਚ ਮਿਲਦੇ ਹਾਂ। ਤੇ ਦੋਸਤੋ ਫਾਈਨਲੀ ਆਪਾਂ ਨਿਕਲ ਲੱਗੇ ਹਾਂ ਵਾਪਸ, ਤੇ ਹਰਪ੍ਰੀਤ ਬਾਈ ਦੀ ਹੋ ਗਈ ਉਹਨਾਂ ਨਾਲ ਗੱਲ ਕਿ ਕਹਿੰਦੇ ਵੀ ਹਾਂ ਵੀ ਦੇ ਦਾਂਗੇ ਥੋੜ੍ਹੇ ਚਿਰ ਤੱਕ, ਜਦੋਂ ਦੇਵਾਂਗੇ ਤੇ ਜੇ ਮੈਂ ਇੱਥੇ ਹੋਇਆ ਤਾਂ ਜ਼ਰੂਰ ਵਲੌਗ ਪਾਊਂਗਾ। ਬਾਕੀ ਬਾਈ ਸੱਚੀ ਬੜੀ ਮਿਹਨਤ ਕਰੀ ਜਾਂਦਾ, ਬਾਈ ਬਾਈ ਨੂੰ ਸਪੋਰਟ ਕਰਿਓ ਤੇ ਤੁਹਾਡੀਆਂ ਰਿਕੁਆਇਰਮੈਂਟ ਸਾਰੀਆਂ ਪੂਰੀਆਂ ਕਰੂਗਾ ਬਾਈ। ਤੇ ਉਮੀਦ ਹੈ ਕਿ ਵਲੌਗ ਵੀ ਵਧੀਆ ਲੱਗਿਆ ਹੋਊਗਾ। ਜੇ ਇੱਦਾਂ ਦੇ ਵਲੌਗ ਹੋਰ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਤੇ ਇਹਨੂੰ ਸ਼ੇਅਰ ਕਰਿਓ, ਫਿਰ ਮੈਨੂੰ ਪਤਾ ਲੱਗ ਜੂਗਾ ਤੇ ਫਿਰ ਆਪਾਂ ਇੱਥੇ ਹੋਰ ਕੰਟੈਂਟ ਵੀ ਬਣਾਵਾਂਗੇ। ਜਸਟ ਇੱਕ ਟਰਾਇਲ ਵੀਡੀਓ ਹੈ ਤੁਹਾਡੇ ਵਾਸਤੇ, ਕਿਉਂਕਿ ਰੈਂਡਮ ਬਣਾਇਆ, ਮੈਨੂੰ ਲੱਗਿਆ ਵੀ ਤੁਹਾਨੂੰ ਲੋੜ ਹੋਊਗੀ। ਤੇ ਪਤਾ ਨਹੀਂ ਇੱਥੇ ਹੋਰ ਕੁਐਸਚਨਸ ਕੀ ਹੋ ਸਕਦੇ, ਕਮੈਂਟ ਕਰਕੇ ਦੱਸ ਦਿਓ ਜਾਂ ਬਾਈ ਨੂੰ ਫੋਨ ਕਰ ਲਿਓ, ਨੰਬਰ ਚਲਾਤਾ। ਤੇ ਚੈਨਲ ਜ਼ਰੂਰ ਫੋਲੋ ਕਰ ਲਿਓ ਤੇ ਮੈਨੂੰ ਇੰਸਟਾਗ੍ਰਾਮ ਸਨੈਪਚੈਟ ਤੇ ਡੇਲੀ ਅਪਡੇਟਸ ਲਈ ਫੋਲੋ ਕਰ ਸਕਦੇ ਹੋ @ਕਰਨ ਦੇ ਨਾਮ ਦੇ ਉੱਤੇ। ਤੇ ਬਾਕੀ ਜਿਹੜੇ ਬੰਦੇ ਨਵੇਂ ਨੇ ਉਹ ਜਾ ਕੇ ਦੇਖ ਸਕਦੇ ਆ, ਮੈਂ ਮੋਡੀਫਿਕੇਸ਼ਨ, ਟਰੈਵਲ ਵਲੌਗਸ, ਆਟੋਮੋਬਾਈਲ ਵਲੌਗਸ ਬਹੁਤ ਪਾਉਂਦਾ ਰਹਿਣਾ। ਤੇ ਬਾਏ, ਟੇਕ ਕੇਅਰ।